ਅਮਰੀਕਾ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੀ ਹਿਰਾਸਤ ਵਿੱਚ ਲਗਭਗ ਇੱਕ ਤਿਹਾਈ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਕਰੋਨਾ ਵਾਇਰਸ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ। ICE ਅਧਿਕਾਰੀਆਂ ਅਨੁਸਾਰ ਸਾਰੇ ਨਜ਼ਰਬੰਦੀ ਕੇਂਦਰਾਂ ਵਿੱਚ ਟੀਕੇ ਘਟਣ ਦੀ ਦਰ 30% ਹੈ ICE ਨੇ ਬੁੱਧਵਾਰ ਤੱਕ ਇਸ ਸਮੇਂ ਹਿਰਾਸਤ ਵਿੱਚ ਬੰਦ ਕੈਦੀਆਂ ਵਿੱਚਕਾਰ 1376 ਕੋਵਿਡ-19 ਮਾਮਲੇ ਦਰਜ ਕੀਤੇ ਜਦਕਿ ਕੈਦੀਆਂ ਦੀ ਕੁੱਲ ਗਿਣਤੀ 16 ਜੁਲਾਈ ਨੂੰ ਖਤਮ ਹੋਏ ਹਫ਼ਤੇ ਤੱਕ 27067 ਦਰਜ ਕੀਤੀ ਗਈ ICE ਦੇ ਅੰਕੜਿਆਂ ਦੇ ਅਨੁਸਾਰ ਸੈਨ ਐਂਟੋਨੀਓ ਐਲਪਾਸੋ ਹਿਊਸਟਨ ਫਿਨਿਕਸ ਅਤੇ ਸੈਂਡiego ਵਿੱਚ ਫੀਲਡ ਦਫ਼ਤਰਾਂ ਦੀ ਨਿਗਰਾਨੀ ਅਧੀਨ ਸਹੂਲਤਾਂ ਵਿੱਚ 1095 ਕੋਵਿਡ-19 ਮਾਮਲੇ ਦਰਜ ਕੀਤੇ ਗਏ ਇਸ ਦੇ ਇਲਾਵਾ 6 ਹੋਟਲਾਂ ਵਿੱਚ 69 ਕਰੋਨਾ ਕੇਸ ਦਰਜ ਕੀਤੇ ਗਏ ਜੋ ਕਿ ਸਥਾਈ ਪ੍ਰਵਾਸੀ ਸਹੂਲਤਾਂ ਵਿੱਚੋਂ ਵਰਤੇ ਜਾ ਰਹੇ ਨੇ ਸਿਹਤ ਮਾਹਿਰ ਦੱਖਣੀ ਸਰਹੱਦ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਚੱਲ ਰਹੇ ਵਾਦੇ ਕਾਰਨ ਕਰੋਨਾ ਵਾਇਰਸ ਦੀ ਲਾਗ ਵਿੱਚ ਵਾਦੇ ਸੰਬੰਧੀ ਚਿੰਤਾਤਨ ਜੂਨ ਵਿੱਚ 1,88,000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਯੂਐਸ ਮੈਕਸੀਕੋ ਦੀ ਸਰਹੱਦ ਤੇ ਫੜਿਆ ਗਿਆ ਜੋ ਕਿ ਇਸ ਮਹੀਨੇ ਵਿੱਚ ਕਟੂਕਟ 22 ਸਾਲਾਂ ਦੀ ਮਿਆਦ ਵਿੱਚ ਸਭ ਤੋਂ ਵੱਧ ਗਿਣਤੀ ਹੈ।